ਭਾਅ ਜੀ ਗੱਲ ਦੱਸੋ, ਜਿੱਦਾਂ ਤੁਸੀਂ ਹੁਣੇ ਗੱਲ ਦੱਸਦੇ ਸੀਗੇ, ਹਾਂਜੀ ਹਾਂਜੀ ਰਿਕਾਰਡ ਕਰਨੀ ਮੈਂ ਜ਼ਰੂਰੀ ਆ ਇਹ, ਹਾਂਜੀ ਕਿੱਥੋਂ ਮੁੰਡੇ ਨੂੰ ਕਿਡਨੈਪ ਕੀਤਾ? ਇੱਥੇ ਕੰਢੀ ਲਾ ਸਾਡੇ ਕੋਟ ਬਿਹੇੜੇ ਤੋਂ ਜਾਂਦਾ ਸੀਗਾ ਮੁੰਡਾ ਉਹ। ਅੱਛਾ ਜੀ। ਉਹ ਬਿਹੇੜੇ ਗਿਆ ਸੀਗਾ ਤੇ ਬਿਹੇੜੇ ਰਸਤੇ ਵਿੱਚ ਚੱਕਿਆ ਮੁੰਡਾ, ਟੱਪੇ ਦਾ ਸੀਗਾ ਜੀ ਮੁੰਡਾ, ਉਹਨੂੰ ਰਸਤੇ ਚੋਂ ਚੱਕ ਲਿਆ, ਉਹਨੇ ਰਸਤਾ ਪੁੱਛਿਆ ਜਿੱਦਾਂ। ਅੱਛਾ। ਉਹ ਗੱਡੀ ਸੀਗੀ ਉਹਨਾਂ ਕੋਲ, ਰਸਤਾ ਪੁੱਛਿਆ ਉਹਨੂੰ ਵਿਚਾਰੇ, ਦੱਸ ਦਿੱਤਾ ਵੀ ਉਹ ਕਹਿੰਦੇ ਦੌਲਤਪੁਰ ਨੂੰ ਜਾਣਾ ਸੀ ਜੀ। ਅੱਛਾ। ਤੇ ਉਹਨਾਂ ਨੇ ਫਿਰ ਪੁੱਛਿਆ ਭੇਜ ਦਿੱਤਾ ਕਰਕੇ ਅਸੀਂ ਦੌਲਤਪੁਰ ਨੂੰ ਜਾਣਾ, ਤਾਂ ਉਹਨਾਂ ਨੇ ਮੁੰਡੇ ਨੂੰ ਮਾਲ ਸੰਘਾ ਤਾ ਗੱਡੀ ਪਾ ਕੇ ਲੈ ਗਏ। ਪਠਾਨਕੋਟ ਵਾਲੀ ਸਾਈਡ ਲੈ ਕੇ, ਮੀਰ ਥੱਲੇ ਵਾਲੀ ਸਾਈਡ ਲੈ ਕੇ ਉਹਨੂੰ ਉੱਥੇ ਫਿਰ ਹੋਸ਼ ਆਈ। ਫਿਰ ਕੀ ਹੋਇਆ, ਕਿੱਦਾਂ ਬੇਚਾਰੇ ਕੋ ਹੋਊਗਾ ਕੋਈ ਬੰਦਾ? ਉਹਨਾਂ ਨੇ 2-2:30 ਵਜੇ ਟਾਈਮ ਜਿਲੇ ਨੂੰ ਹੋਸ਼ ਆਈ, ਤੇ ਉਹਨਾਂ ਨੇ ਤੇ ਹੁਣ ਮੁੰਡੇ ਨੇ ਜਿਲੇ ਹੋਸ਼ ਆਈ ਉਹਨਾਂ ਨੇ ਤੇ ਚੱਕਿਆ, ਚੱਕ ਕੇ ਤੇ ਦੂਜਾ ਦੇਖਿਆ ਵੀ ਅਸੀਂ ਕਿੱਥੇ ਆ ਪਹੁੰਚੇ। ਮੁੰਡੇ ਨੇ ਦੇਖਿਆ ਵੀ ਉਹਨਾਂ ਨੇ ਆਪਣੇ ਹੱਥ ਉੱਤੇ ਬੰਨੇ ਸੀਗੇ ਉਹਨਾਂ ਨੂੰ। ਅੱਛਾ। ਹੱਥ ਪੈਰ ਬੰਨੇ ਸੀਗੇ ਉਹਨਾਂ ਨੇ, ਹੌਲੀ ਹੌਲੀ ਕਰਕੇ ਖਿਲਾਏ ਹੋਊਗੇ, ਕੋਈ ਵੀ ਤਰੀਕਾ ਲਾਇਆ ਹੋਊਗਾ ਆਪਣਾ ਜੀ ਵੀ ਲਾ ਕੇ। ਤੇ ਉਹ ਮੋਟਰਸਾਈਕਲ ਤੇ ਉਹਨਾਂ ਦਾ ਇੱਕ ਨੰਬਰ ਪਿਛਲੀ ਨੰਬਰ ਪਲੇਟ ਦੇ ਉਹ ਖੋਲ ਦਿੱਤੇ ਸੀਗੇ, ਮੋਟਰਸਾਈਕਲ ਨੰਬਰ ਪਲੇਟਾਂ ਬਦਲਦੇ ਸੀਗੇ ਉਹ। ਉਹਦੀ ਉਹਦਾ ਮੋਟਰਸਾਈਕਲ ਵੀ ਨਾਲ ਹੀ ਲੈ ਗਏ? ਨਹੀਂ ਲੈ ਗਏ, ਮੋਟਰਸਾਈਕਲ ਵੀ ਤੁਹਾਡੀ ਗੱਡੀ ਜੋ ਉਹਨੂੰ ਸਿੱਟ ਗਏ। ਹਾਂਜੀ। ਤੇ ਫਿਰ ਮੋਟਰਸਾਈਕਲ ਲੈ ਕੇ ਚਲਾ ਕੇ ਜਿੱਧਰ ਦੀ ਉਹਨਾਂ ਦੀ ਘਰ ਸੀ ਕੋਈ ਸਾਈਡ ਦੇ ਨਹੀਂ ਆਇਆ, ਹਿਮਾਚਲ ਦੇ ਨਿਕਲ ਗਏ ਉਹ, ਉੱਧਰ ਦੀ ਕੋਈ ਆਉਂਦਾ ਜਾਂਦਾ ਵੀ ਦੌਲਤਪੁਰ ਵਾਲੀ ਸਾਈਡ ਦੀ? ਨਹੀਂ ਨਹੀਂ ਉਹ ਠੀਕ ਹੈ, ਮੈਂ ਸਮਝ ਗਿਆ। ਫਿਰ ਮੁੰਡਾ ਮੁੰਡਾ ਉੱਥੇ ਜਿਹੜੇ ਛੁੱਟਿਆ ਰਾਤੋਂ ਰਾਤ ਜਿਹੜੇ ਭੱਜੇ ਉਹਨੂੰ ਕਿਹਦੀ, ਯਾਨੀ ਕਿ ਸਕੂਲ 'ਚ ਰੁਕਿਆ ਮੁੰਡਾ, ਉਹਨੂੰ ਕਿਹਾ ਵੀ ਮੈਂ ਇੱਦਾਂ ਕਰਕੇ ਫੋਨ ਕਰਨਾ, ਅਤੇ ਫੋਨ ਕਰਨ ਦੇ ਬਾਅਦ ਅਤੇ ਦੱਸਿਆ ਉਹਨੂੰ ਆਪਣੇ ਘਰਦਿਆਂ ਨੂੰ ਵੀ ਮੈਂ ਫਲਾਨੀ ਜਗ੍ਹਾ ਮੇਰੇ ਨਾਲ ਇੱਦਾਂ ਇੱਦਾਂ ਕਰਕੇ ਮੇਰੇ ਨਾਲ ਇਹ ਹਾਦਸਾ ਹੋ ਗਿਆ। ਅੱਛਾ। ਉਹ ਸਕੂਲ ਵਿੱਚ ਸਕਿਉਰਟੀ ਗਾਰਡ ਨੂੰ ਕਿਹਾ ਉਹਨਾਂ ਨੇ, ਮਿੰਨਤ ਤਰਲਾ ਕੀਤਾ ਵੀ ਸਾਡਾ ਬੱਚਾ ਇੱਦਾਂ ਕਰਕੇ ਵੀ ਕੱਲ੍ਹ ਦਾ ਗੁੰਮ ਹੈ, ਉਹ ਵਿਚਾਰੀ ਸਾਰੀ ਰਾਤ ਨਹੀਂ ਸੁੱਤੇ। ਇਹ ਕਦੋਂ ਦੀ ਗੱਲ ਆ? ਇਹ ਹੈਗੀ ਕੋਈ 2 ਮਹੀਨੇ ਪਹਿਲਾਂ ਦੀ ਗੱਲ ਹੈ ਜੀ। ਇਹ ਤਾਂ ਮਤਲਬ ਇੱਦਾਂ ਦੇ ਇੰਸੀਡੈਂਟ ਹੋ ਰਹੇ ਆ ਇੱਥੇ, ਹੈ ਆਲੇ ਦੁਆਲੇ ਸਾਡੇ? ਬਾਹਰਲੇ ਬੰਦੇ ਕੀਤੇ ਸੀਗੇ, ਬਾਹਰਲੇ ਬੰਦੇ ਨੇ ਕੀਤਾ। ਮਤਲਬ ਕਿ ਇੱਕ ਹੋਰ ਗੱਲ ਆ, ਹਾਂਜੀ ਹਾਂਜੀ, ਕਿਸੇ ਨੂੰ ਰਸਤਾ ਦੱਸਣ ਵੀ ਨਾ, ਰੁਕੋ ਜੇ ਇਕੱਲੇ ਆ ਤਾਂ ਤੁਸੀਂ ਮੁੱਖ ਦੀ ਗੱਲ ਰੁਕੋ ਹੀ ਨਾ। ਹਾਂਜੀ ਹਾਂਜੀ ਹਾਂਜੀ, ਦੇਖ ਲਓ ਯਾਰ, ਉਹ ਤਾਂ ਮੁੰਡਾ ਬਚ ਕੇ ਆ ਗਿਆ ਉਹਨੇ। ਅੱਛਾ, ਜਿਹੜੇ ਨਾਲ ਹੋਰ ਸੀਗੇ ਉਹ ਵੀ ਲੈਂਦੇ ਛੜਾ, ਉਹ ਵੀ ਲੈਂਦੇ ਛੜਾ ਕੇ ਲਿਆ, ਵੀ ਮੁੰਡਾ ਹਿੰਮਤੀ ਸੀ। ਫਿਰ ਦੇਖ ਲਓ ਯਾਰ, ਮੁੰਡਾ ਉੱਥੇ ਬੱਸ ਚਲਾਉਂਦਾ ਸੀਗਾ, ਉਹ ਪਹੁੰਚਿਆ ਉਹਨਾਂ ਦੇ ਕੋਲ ਉਹਨਾਂ ਦੀ ਮਦਦ ਕਰਨ ਵਾਸਤੇ, ਪੰਜਾਬ ਰੋਡਵੇਜ਼ ਬੱਸ ਡਰਾਈਵਰ ਸੀਗਾ ਉਹਨਾਂ ਦੇ ਪਿੰਡ ਦਾ ਮੁੰਡਾ। ਉਹਨਾਂ ਨੇ ਕਿਹਾ ਵੀ ਫਲਾਨੀ ਜਗ੍ਹਾ, ਜਿਹੜਾ ਸਕਿਉਰਟੀ ਗਾਰਡ ਸੀਗਾ ਉਹਨੂੰ ਕਹਿੰਦੇ ਵੀ ਐਡਰੈਸ ਦੱਸ ਵੀ ਤੁਹਾਡੇ ਕੋਲ ਕਿਹੜੇ ਸਕੂਲ ਵਿੱਚ ਕਿੱਥੇ ਬੱਚਾ ਹੈ। ਅੱਛਾ। ਫਿਰ ਆਪਣੇ ਕੋਲ ਰੱਖੋ, ਫਿਰ ਉਹ ਇੱਧਰੋਂ ਗਈਆਂ ਗੱਡੀਆਂ ਪੁਲਿਸ ਗਈ ਫਿਰ ਨਾਲ ਜੀ। ਚਲੋ ਆ ਜਾਓ ਭਾਅ ਜੀ, ਆ ਜਾਓ ਆ ਜਾਓ, ਹੁਣ ਇੱਥੇ ਆਪਾਂ ਜਾਂਦੇ ਜਾਂਦੇ ਵੀ ਗੱਲਾਂ ਕਰਦੇ ਹਾਂ, ਡੈਸਟੀਨੇਸ਼ਨ 'ਤੇ ਪਹੁੰਚ ਨਹੀਂ ਪਾਉਣਾ।